हाँ जी दोस्तों, की हाल है जी सारयां दा। एक बार फिर तो स्वागत है जी थोड़ा साडे चैनल ग्लोबल तड़का लाइव ते। दोस्तों एली मांगट दी लेटेस्ट इंटरव्यू विच एली ने चोणां विच खड़न बारे खुल के गल कीती। एली मांगट ने कहा, मेरी फेवरेट पार्टी श्रोमणी अकाली दल है ते मेरा बचपन तो ही एक चंगा लीडर बनन दा सुपना सी। एली ने यह भी कहा, जेकर उसनू मौका मिलिया तां ओह जरूर चोणां विच खड़ेगा ते पंजाब नू एक ऐसा लीडर बन के दसेगा जिसकी लोग मिसाल देण। बाकी तुसीं खुद ही वीडियो ਵਿੱਚ ਦੇਖ ਸਕਦੇ ਹੋ ਐਲੀ ਮਾਗਟ ਨੇ ਇਸ ਬਾਰੇ ਕੀ ਬਿਆਨ ਦਿੱਤੇ। ਸਿਟੀਜ਼ਨ ਹੋ ਤੁਸੀਂ ਕੈਨੇਡਾ ਦੇ? ਨਹੀਂ ਮੈਂ ਪੀਆਰ। ਪੀਆਰ ਹੋ? ਸਿਟੀਜ਼ਨਸ਼ਿਪ ਨਹੀਂ ਲੈਣੀ। ਲੈਣੀ ਨਹੀਂ? ਲੈਣ ਨੂੰ ਤਾਂ ਕੱਲ ਨੂੰ ਲੈ ਲਈਏ, ਪਰ ਇੱਧਰ ਥੋੜਾ ਇਲੈਕਸ਼ਨ ਆ ਚ ਸਰਕਾਰ ਚ ਮੇਰਾ ਥੋੜਾ ਜਿਹਾ ਧਿਆਨ ਆ। ਇਲੈਕਸ਼ਨ ਲੜਨਾ ਤੁਸੀਂ? ਹਲੇ ਤਾਂ ਨਹੀਂ, ਪਰ ਸੁਪਨੇ ਮੇਰੇ ਦੇਖਿਆ ਜਾਵੇ ਲੀਡਰਾਂ ਵਾਲੇ ਸੀਗੇ। ਹਾਂ ਜਿਵੇਂ ਕਈ ਵਾਰੀ ਸੁਪਨਾ ਨਹੀਂ ਰਹਿੰਦਾ ਹੁੰਦਾ ਬੰਦਾ ਸਵੇਰੇ ਉੱਠ ਕੇ ਹੁੰਦਾ ਬੰਦੇ ਨੂੰ ਕਿ ਯਾਰ ਰਾਤ ਸੁਪਨਾ ਆਇਆ ਸੀ, ਬੰਦੇ ਹੀ ਬਹੁਤ ਖੜੇ ਆ, ਮੈਂ ਸਟੇਜ 'ਤੇ ਹਾਂ, ਮੈਨੂੰ ਮੇਰਾ ਬਣਨ ਦਾ ਤਾਂ ਲੀਡਰ ਦਾ ਸੀਗਾ ਉਹ, ਪਰ ਰੱਬ ਨੇ ਹੁਣ ਦਿਸ਼ਾ ਦਿਖਾ ਦਿੱਤੀ। ਲੀਡਰ ਹੀ ਨਹੀਂ ਮੈਨੂੰ ਚਾਹੀਦੀ, ਲੀਡਰ ਹੀ ਮੈਨੂੰ ਮਿਸਾਲ ਵਾਲੀ ਚਾਹੀਦੀ ਕਿ ਬੰਦਾ ਮਿਸਾਲ ਦੇਵੇ ਕਿ ਸਾਡੇ ਏਰੀਏ ਦਾ ਲੀਡਰ ਆ, ਕਿ ਉਹ ਜੋ ਕਹਿੰਦਾ ਉਹ ਕਰਦਾ, ਗਰੀਬਾਂ ਲਈ ਖੜਦਾ, ਚੰਗੇ ਨਾਲ ਚੰਗਾ, ਮਾੜੇ ਨਾਲ ਮਾੜਾ। ਮੈਨੂੰ ਉਹ ਲੀਡਰੀ ਨਹੀਂ ਚਾਹੀਦੀ, ਪੈਸਿਆਂ ਵਾਲੀ ਲੀਡਰੀ ਵੀ ਨਹੀਂ ਮੈਂ ਚਾਹੁੰਦਾ ਕਿ ਪੈਸਾ ਹੀ ਇੰਨਾ ਹੋਵੇ, ਰੱਬ ਦੀ ਕਿਰਪਾ ਨਾਲ ਠੀਕ ਆ, ਵਧੀਆ ਖਾਣੇ ਪੀਂਦੇ ਆ, ਮਿਸਾਲ ਵਾਲੀ ਲੀਡਰੀ ਚਾਹੁੰਦਾ। ਹੁਣ ਕੀ ਐਮ ਐਲ ਏ ਬਣਨਾ, ਸੀ ਐਮ ਬਣਨਾ, ਕੀ ਨਹੀਂ ਪਤਾ, ਚਾਹੇ ਮੈਂ ਪਿੰਡ ਦਾ ਸਰਪੰਚ ਹੀ ਬਣਾ, ਪਰ ਮੈਂ ਬਣੂੰਗਾ ਇੱਦਾਂ ਦਾ ਲੋਕ ਮਿਸਾਲ ਦੇਣਗੇ। ਕਦੋਂ ਬਣੋਗੇ? ਅਰੇ ਸਾਡੇ ਸੀਨੀਅਰ ਬਹੁਤ ਬੈਠੇ ਆ, ਪਹਿਲਾਂ ਅਸੀਂ ਉਹਨਾਂ ਨੂੰ ਦੇਖਾਂਗੇ, ਉਹਨਾਂ ਤੋਂ ਸਿੱਖਾਂਗੇ ਕੁਛ, ਫਿਰ ਉਦੋਂ ਬਾਅਦ ਦੇਖਾਂਗੇ, ਜੇ ਪਰਮਾਤਮਾ ਨੇ ਮੌਕਾ ਦਿੱਤਾ ਜ਼ਰੂਰ ਬਣਾਂਗੇ। ਕਿਸੇ ਖਾਸ ਪਾਰਟੀ ਵੱਲ ਵੀ ਤੁਹਾਡਾ ਝੁਕਾਅ ਹੈਗਾ? ਪਾਰਟੀ ਮੈਨੂੰ ਵੈਸੇ ਅਕਾਲੀ ਦਲ ਵਧੀਆ ਲੱਗਦੀ। ਅਕਾਲੀ ਦਲ ਵਧੀਆ ਲੱਗਦੀ? ਜਿਵੇਂ ਕਿਤੇ ਟਿਕਟ ਤਾਂ ਲੈ ਰਹੇ ਇਸ ਵਾਰ ਤੁਸੀਂ? ਨਹੀਂ 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 ਨਹੀਂ, ਤੁਸੀਂ ਕਿਹਾ ਕਿ ਪੋਲੀਟੀਸ਼ੀਅਨ ਬਣਨਾ, ਪੰਜਾਬ ਬਾਰੇ ਕੀ ਸੋਚਦੇ ਹੋ? ਆਖਰੀ ਸਵਾਲ ਹੈ, ਕਿੱਥੇ ਦੇਖਣਾ ਚਾਹੁੰਦੇ ਹੋ ਤੇ ਕੀ ਲੱਗਦਾ ਪੰਜਾਬ ਅੱਜ ਕਿੱਥੇ ਹੈ? ਆਖਰੀ ਸਵਾਲ ਦਾ ਇਹ ਜਵਾਬ ਇੱਕੇ ਹੈ ਜੀ, ਇਹਦਾ ਫਿਲਹਾਲ ਰਾਈਟ ਨਾਓ ਵੱਧ ਤੋਂ ਵੱਧ ਮੋਰਚੇ 'ਚ ਧਿਆਨ ਦਿਓ, ਜਿਹੜਾ ਕਿਸਾਨੀ ਮੋਰਚਾ ਮੇਰੇ ਹਿਸਾਬ ਨਾਲ। ਦੋਸਤੋ ਇਸ ਇੰਟਰਵਿਊ ਵਿੱਚ ਐਲੀ ਨੇ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਨੂੰ ਵੀ ਟਾਰਗੇਟ ਕੀਤਾ। ਐਲੀ ਨੇ ਕਿਹਾ, ਮੈਂ ਧਾਰਮਿਕ ਗਾਣੇ ਵੀ ਕਰਾਂਗਾ ਜੋ ਬਿਨਾਂ ਕਿਸੇ ਕੰਟਰੋਵਰਸੀ ਦੇ ਹੋਣਗੇ। ਐਲੀ ਨੇ ਕਿਤੇ ਨਾ ਕਿਤੇ ਇਹ ਗੱਲ ਸਿੱਧੂ ਦੇ 295 ਗੀਤ ਬਾਰੇ ਕੀਤੀ ਹੈ ਅਤੇ ਇਹ ਵੀ ਕਿਹਾ, ਜਿਹੜੇ ਅੱਜ ਸਿੰਗਰ ਵਧੀਆ ਕੰਮ ਕਰ ਰਹੇ ਨੇ ਉਹ ਮੇਰੇ ਹੀ ਸਿਖਾਏ ਹੋਏ ਨੇ। ਕੀ ਰਹਿੰਦਾ ਕੀ ਹੈ ਫਿਰ ਇਹ ਜੀ? ਬਹੁਤ ਕੁਛ ਪਿਆ, ਹਾਲੇ ਤਾਂ ਮੈਂ ਧਾਰਮਿਕ ਗੀਤ ਨਹੀਂ ਇੱਕ ਤਾਂ ਕਰਿਆ। ਕਰਨਾ ਉਹ ਵੀ? ਬਿਲਕੁਲ ਕਰਾਂਗੇ। ਕਿਹੋ ਜਿਹਾ ਧਾਰਮਿਕ ਗੀਤ ਸੋਚਦੇ? ਕਰੂੰਗਾ, ਇਹੋ ਜਿਹਾ ਦੁਨੀਆ ਯਾਦ ਰੱਖੂਗੀ ਕਿ ਐਲੀ ਨੇ ਧਾਰਮਿਕ ਗੀਤ ਕਰਿਆ ਸੀ। ਐਂ ਨਹੀਂ ਕਿ ਕੰਟਰੋਵਰਸੀ ਹੋ ਗਏ, ਧਾਰਮਿਕ ਗੀਤ ਗਾ ਦਿਓ, ਹੱਥ ਜੋੜ ਕੇ ਦੋ ਚਾਰ ਵੀਡੀਓ ਬਣਾ ਲਓ, ਗੁਰਦੁਆਰਾ ਸਾਹਿਬ ਮੂਹਰੇ ਮੱਥਾ ਟੇਕ ਕੇ ਚਲੋ ਜੀ, ਇਹੋ ਜਿਹਾ ਐਂ ਟਕਾ ਕੇ ਕਰ। ਬਹੁਤ ਅੱਛਾ, ਹੁਣ ਤਾਂ ਕੀ ਪੁੱਛਣਾ, ਪਰ ਊਂ ਆਪਾਂ ਦੇਖੀਦਾ ਸਾਰਿਆਂ ਨੂੰ ਆ ਕਿਹਦਾ ਕੀ ਬਣਦਾ, ਕਿਹੜਾ ਕੀ ਗਾਉਂਦਾ, ਪਰ ਮੇਰੇ ਤੋਂ ਕਈ ਜਣੇ ਸਿੱਖ ਕੇ ਗਏ ਨੇ ਕਿ ਗਾਉਣਾ ਕੀ ਆ, ਮਾਰਕੀਟ 'ਚ ਅਤੇ ਚੱਲਦਾ ਕੀ ਆ, ਕਈ ਸਿੱਖ ਕੇ ਗਏ ਨੇ ਅਤੇ ਅੱਜ ਦੀ ਡੇਟ 'ਚ ਵਧੀਆ ਚੱਲਦੇ ਆ, ਵਧੀਆ ਰੋਟੀ ਖਾਂਦੇ। ਤੁਹਾਡੇ ਤੋਂ ਸਿੱਖ ਕੇ ਗਏ? ਬਹੁਤ ਸਿਖਾ ਕੇ ਤੁਰੇ ਆ, ਮੈਂ ਸਿੱਖ ਕੇ ਵੀ ਨਹੀਂ ਕਹਿ ਸਕਦੇ, ਬੜੇ ਸਿਖਾ ਕੇ ਤੁਰੇ ਨੇ। ਪਰ ਇਹ ਟੀਸ ਦੋਸਤੋ, ਸਾਨੂੰ ਪਤਾ ਹੈ ਕਰਨ ਔਜਲੇ ਦਾ ਫੇਵਰਟ ਡਾਇਲੋਗ ਹੈ ਕਿ ਮਿਰਚ ਤਾਂ ਲੜੀ ਹੈ, ਅਤੇ ਜਦੋਂ ਸਿੱਧੂ ਆਪਣੇ ਇੰਸਟਾਗ੍ਰਾਮ ਪੇਜ 'ਤੇ ਲਾਈਵ ਹੋਇਆ ਤਾਂ ਸਿੱਧੂ ਦੇ ਹੇਟਰਾਂ ਨੇ ਉੱਥੇ ਮਿਰਚਾਂ ਵਾਲੇ ਇਮੋਜੀ ਭੇਜਣੇ ਸ਼ੁਰੂ ਕਰ ਦਿੱਤੇ ਅਤੇ ਅੱਗਿਓਂ ਸਿੱਧੂ ਨੇ ਕਿਹਾ, ਜਿੰਨੀਆਂ ਮਿਰਚਾਂ ਭੇਜਣੀਆਂ ਭੇਜੀ ਜਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਸਿੱਧੂ ਨੇ ਇਸ ਗੱਲ ਨਾਲ ਔਜਲੇ ਦੇ ਸਪੋਰਟਰਾਂ ਦੇ ਮੂੰਹ ਬੰਦ ਕਰ ਦਿੱਤੇ। ਉਸ ਦੇ ਬਾਅਦ ਵਿੱਚ ਕਰਨ ਔਜਲਾ ਨੇ ਵੀ ਆਪਣੇ ਪੇਜ 'ਤੇ ਇੱਕ ਸਟੋਰੀ ਪਾਈ। ਕਰਨ ਔਜਲਾ ਨੇ ਆਪਣੇ ਨਵੇਂ ਗੀਤ ਹੇਅਰ ਐਂਡ ਦੇਅਰ ਵਿੱਚੋਂ ਮਿਰਚ ਵਾਲੀ ਲਾਈਨ ਲਗਾ ਕੇ ਸਟੋਰੀ ਪਾ ਦਿੱਤੀ। ਜਿਹੜੇ ਮਿੱਤਰਾਂ ਨੂੰ ਕਹਿੰਦੇ ਮਾੜਾ ਬੋਲਦੇ, ਮਿਰਚ ਤਾਂ ਸਾਲਿਆਂ ਦੇ ਹੋਈ ਐ ਲੜੀ। ਜਿਹੜੇ ਮਿੱਤਰਾਂ ਨੂੰ ਕਹਿੰਦੇ ਮਾੜਾ ਬੋਲਦੇ, ਮਿਰਚ ਤਾਂ ਸਾਲਿਆਂ ਦੇ ਹੋਈ ਐ ਲੜੀ। ਵੈਸੇ ਦੋਸਤੋ, ਸਿੱਧੂ ਆਪਣੇ ਲਾਈਵ ਵਿੱਚ ਹੀ ਕਹਿ ਚੁੱਕਾ ਹੈ ਕਿ ਉਸਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਬਾਕੀ ਤੁਹਾਡੇ ਇਹਨਾਂ ਮੁੱਦਿਆਂ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਇੰਡਸਟਰੀ ਦੇ ਅਗਲੇ ਅਪਡੇਟ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬਣੇ ਨੋਟੀਫਿਕੇਸ਼ਨ ਬੈਲ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਓਕੇ, ਧੰਨਵਾਦ ਜੀ ਸਾਰਿਆਂ ਦਾ। ਹਾਂ, ਦੂਜੀ ਗੱਲ ਡਾਰਲਿੰਗਾ, ਕਮੈਂਟਾਂ ਕਮੁੰਟਾਂ ਦੇ ਵਿੱਚ ਹੈ ਨਾ, ਮੈਂ ਇੱਕ ਚੀਜ਼ ਮੈਂ ਬਹੁਤ ਨੋਟ ਕਰਦਾ ਹੁੰਦਾ ਨਾ, ਜਿਉਂ ਜਿਉਂ ਬੰਦਾ ਆਪਣੇ ਮੁਕਾਮ ਤੋਂ ਵੱਡਾ ਹੁੰਦਾ ਹੈ ਨਾ, ਅਤੇ ਦੁਨੀਆ ਦੇਖਦਾ ਹੈ ਨਾ, ਜਿਉਂ ਜਿਉਂ ਬੰਦਾ ਮੈਚਿਓਰ ਹੁੰਦਾ, ਉਹਨੂੰ ਚੀਜ਼ਾਂ ਸਮਝ ਆਉਣੀਆਂ ਹੈ ਨਾ। ਦੋ ਤਿੰਨ ਯਾਨੀ ਕਿ ਬੰਦੇ ਇਹੋ ਜਿਹੇ, ਮੈਂ ਕਦੋਂ ਵੀ ਲਾਈਵ ਹੋ ਜਾਣਾ, ਕਦੋਂ ਵੀ ਲਾਈਵ, ਕੋਈ ਵੀ ਕਦੋਂ ਵੀ ਲਾਈਵ ਹੋ ਜਾਏ ਹੈ ਨਾ,
ਤੇ ਆ ਮਿਰਚ ਜੀ ਵਾਲਾ ਆਪਸ਼ਨ ਭੇਜ ਕੇ ਜਾਂ ਫਲਾਨਾ ਯਾਰ ਕੀ ਨੈਗੇਟਿਵਿਟੀ ਸਾਰਾ ਦਿਨ ਨੈਗੇਟਿਵਿਟੀ ਨਾ ਕਰਿਆ ਕਰੋ ਹੈ ਨਾ ਚੰਗੀਆਂ ਚੀਜ਼ਾਂ ਬਹੁਤ ਨੇ ਹੈ ਨਾ ਬਹੁਤ ਲੋਕ ਮੇਰੇ ਬਾਰੇ ਬੋਲਦੇ ਨੇ ਵੀ ਬੋਲੇ ਇਹ ਹੈ ਨਾ ਮੈਂ ਡਾਰਲਿੰਗ ਉਹ ਫੇਸ 'ਚੋਂ ਲੰਘ ਚੁੱਕਿਆ ਅਤੇ ਨਾ ਹੀ ਮੈਨੂੰ ਚਾਹੇ ਕੋਈ ਮੇਰੇ ਸਾਹਮਣੇ ਮਿਰਚਾਂ ਦਾ ਥਿੱਲ ਲੈ ਕੇ ਖੜ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ ਨਾ ਸੋ ਮੈਂ ਸਾਰਿਆਂ ਨੂੰ ਪਿਆਰ ਕਰਦਾ ਠੀਕ ਹੈ ਇੱਕ ਫੇਸ ਹੁੰਦਾ ਬੰਦੇ ਦਾ ਅਤੇ ਉਹਦੇ 'ਚ ਮੈਂ ਲੰਘ